ਏਵਨ ਪੰਜਾਬੀ ਦੀ ਹਰ ਖਬਰ ਹਰ ਪ੍ਰੋਗਰਾਮ ਨੂੰ ਦੇਖਣ ਲਈ ਯੂਟਿਊਬ ਤੇ ਫੇਸਬੁੱਕ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਸਾਡੇ ਹਰ ਪ੍ਰੋਗਰਾਮ ਦੀ ਅਪਡੇਟ ਨੂੰ ਜਾਣਨ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਇੱਕ ਪ੍ਰਾਈਵੇਟ ਸਕੂਲ ਵੱਲੋਂ ਪਲੱਸ 2 ਦਾ ਪ੍ਰੈਕਟੀਕਲ ਪੇਪਰ ਕਰਵਾਉਣ ਵਾਸਤੇ ਪੈਸੇ ਮੰਗਣ ਦਾ ਵਿਰੋਧ ਕਰਨ ਤੇ ਵਿਦਿਆਰਥਣ ਉਸ ਦੇ ਨਾਲ ਆਏ ਕੁਝ ਹੋਰ ਵਿਅਕਤੀਆਂ ਦੀ ਸਕੂਲ ਦੇ ਸਟਾਫ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੇਪਰ ਦੇਣ ਆਈ ਲੜਕੀ ਦੇ ਪਤੀ ਨੇ ਦੱਸਿਆ ਕਿ ਜਦੋਂ 12 ਮਾਰਚ ਨੂੰ ਪਲੱਸ 2 ਦਾ ਪ੍ਰੈਕਟੀਕਲ ਦਾ ਪੇਪਰ ਦੇਣ ਵਾਸਤੇ ਅਸੀਂ ਸਕੂਲ ਗਏ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਤੋਂ 3000 ਰੁਪਏ ਦੀ ਮੰਗ ਕੀਤੀ। ਪਰ ਇਸ ਸੰਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਕੀ ਗੱਲ ਹੋਈ ਤੈਨੂੰ? ਉਹਨੇ ਜੀ ਮੇਰਾ ਯਾਰ ਦੋਸਤ ਆ, ਉਹਨਾਂ ਦੇ ਘਰ ਦੀ ਕਿਰਨਦੀਪ ਕੌਰ, ਉਹਨਾਂ ਦਾ ਪੇਪਰ ਸੀ ਜੀ ਪ੍ਰੈਕਟੀਕਲ ਦਾ, ਮਨਪ੍ਰੀਤ ਸਿੰਘ ਦੀ, ਇਹਨਾਂ ਦਾ ਸਕੂਲ ਆ ਤੂਤੀ ਸੰਤ ਫਰੀਦ, ਇਹਨਾਂ 3000 ਰੁਪਈਏ ਦੀ ਮੰਗ ਕੀਤੀ ਸੀ ਜੀ ਵੀ 3000 ਰੁਪਈਆ ਦਿਓਗੇ ਤਾਂ ਪੇਪਰ ਕਰਾਉਣਾ, ਨਹੀਂ ਤਾਂ ਨਹੀਂ ਕਰਾਉਣਾ। ਇਹਨੇ ਮੈਨੂੰ ਫੋਨ ਕੀਤਾ ਵੀ 3000 ਰੁਪਈਆ ਲੈ ਕੇ ਆ ਕੋਟ ਬੁੱਢਿਓ। ਮੈਂ 3000 ਰੁਪਈਆ ਇਹਨੂੰ ਦੇਣ ਗਿਆ ਅਤੇ ਇਹਦੀ ਵਾਈਫ ਨੂੰ ਉਹਨਾਂ ਜਦੋਂ ਧੱਕਾ ਬੁੱਕੀ ਕਰਕੇ ਆਦੇ ਵੀ ਸਟੇਟ ਤੋਂ ਥੱਲੇ ਹੋ ਕੇ ਗੱਲ ਕਰੋ ਜੀ। ਕੀ ਕਾਰਨ ਬਣਿਆ, ਕਾਹਤੋਂ ਕੀਤੀ ਧੱਕਾ? ਅਤੇ ਉਹ ਕਹਿੰਦੇ ਸੀ ਕਿ ਸਾਨੂੰ ਇਹਨਾਂ 9 ਵਜੇ ਦਾ ਸੱਦਿਆ ਜੀ ਇਹਨਾਂ ਦੀ ਵਾਈਫ ਨੂੰ, 1:10 ਵਜੇ ਦੇ 10 ਮਿੰਟ ਹੋ ਗਏ, ਅਸੀਂ ਤੈਨੂੰ ਜਦੋਂ ਕਹਿਤਾ ਬਈ 3000 ਰੁਪਈਆ ਦੇਵੇਗਾ ਤਾਂ ਪੇਪਰ ਕਰਵਾਉਣਾ ਹੈ, ਕਲਰਕ ਮੈਮ ਆ ਉੱਥੇ ਕੋਈ, ਉਹਦਾ ਨਾਂ ਨਹੀਂ ਮੈਂ ਜਾਣਦਾ। ਕੀ ਗੱਲ ਹੋਈ ਫਿਰ? ਉਹਨਾਂ 3000 ਉਹ ਕਹਿੰਦੇ ਸੀ ਕਿ ਇਹਨੂੰ ਮਤਲਬ ਹੁਣ ਪੇਪਰ ਪੂਪਰ ਨਹੀਂ ਹੋਣਾ, ਮੇਰੀ ਕੋਈ ਗੱਲ ਨਹੀਂ ਤੁਹਾਡੇ ਨਾਲ, ਤੁਸੀਂ ਥੱਲੇ ਚੱਲੋ ਬਸ। ਇਹਦੀ ਵਾਈਫ ਨੂੰ ਇਹਨਾਂ ਧੱਕਾ ਮਾਰਤਾ ਹੈ ਜੀ। ਤੁਹਾਡੇ ਸੱਟਾਂ ਕਿਵੇਂ ਲੱਗੀਆਂ? ਮੈਨੂੰ ਜੀ ਮੈਨੂੰ ਸੱਟਾਂ ਲੱਗੀਆਂ ਇੱਦਾਂ ਕਿ ਜਿਹੜੇ ਉਹਨਾਂ ਦਾ ਜਿਹੜੇ ਡਰਾਈਵਰ ਆ ਅਤੇ ਸਟੂਡੈਂਟ ਆ ਪਲੱਸ 2 ਦੇ, ਇਹ ਸਾਰੇ ਮੇਰੇ ਗੱਲ ਪਏ ਜੀ, ਕਿਸੇ ਕੋਲ ਰਾੜ ਸੀ, ਕਿਸੇ ਕੋਲ ਕੁਛ ਸੀ, ਕਿਸੇ ਕੋਲ ਦਾਤਰ ਸੀ। ਕੀ ਨਾਂ ਉਹਨਾਂ ਦੇ? ਇੱਕ ਦਾ ਨਾਂ ਅਨਮੋਲ ਸਿੰਘ ਆ ਜੀ, ਇੱਕ ਦਾ ਨਾਂ ਗੁਰਭੇਦ ਸਿੰਘ ਆ, ਹਰਪਾਲ ਸਿੰਘ ਬੁੱਠਿਆਲੇ ਤੋਂ, ਰੂੜਾ ਸਿੰਘ ਆ ਜੀ ਵਾੜੇ ਤੋਂ, ਅਤੇ ਭੋਲਾ ਸਿੰਘ ਅਤੇ ਨਿਸ਼ਾਨ ਸਿੰਘ ਦਾ। ਕੀ ਮੰਗ ਕਰਦੇ ਜੀ ਹੁਣ? ਬਲੂਹਰ ਸਾਹਿਬ ਮੇਲਾ ਚਾਹੀਦਾ ਜੀ, ਮੰਗ ਕਰਦਾ ਜੇ ਇੱਕ ਜਿਹੜੀ ਆ ਇਹ ਠੱਗੀਆਂ ਵਾਰਦਾ ਆ ਸਕੂਲਾਂ ਦੇ ਲਾ ਦੇ, ਜਿਹੜੇ ਜਿਹੜੇ ਪੈਸੇ ਬਟੋਰਦਾ ਆ, ਇਹਨਾਂ ਦਾ ਪ੍ਰੈਕਟੀਕਲਾਂ ਵੀ ਬੜੀਆਂ ਸੀ ਤਾਂ ਵੀ ਇਹਨਾਂ 3000 ਰੁਪਈਏ ਦੀ ਮੰਗ ਕੀਤੀ ਆ ਜੀ। ਕੀ ਨਾਂ ਵੀਰ ਤੁਹਾਡਾ? ਮੇਰਾ ਨਾਂ ਜਤਿੰਦਰ ਸਿੰਘ ਆ। ਕੀ ਗੱਲ ਹੋਈ ਜੀ? ਗੱਲ ਮੇਰੀ ਪਤਨੀ ਕਿਰਨਦੀਪ ਕੌਰ ਦਾ ਪੇਪਰ ਸੀ ਪਲੱਸ 2 ਦਾ ਪ੍ਰੈਕਟੀਕਲ ਦਾ, ਅਤੇ ਅਸੀਂ ਦੂਜਾ ਐਡਮਿਸ਼ਨ ਵਾਸਤੇ 52000 ਰੁਪਈਆ ਦੱਸਿਆ ਸੀ ਤੂਤਾਂ ਵਾਲਾ ਸਕੂਲ ਆ ਜਿਹੜਾ ਸੰਤ ਫਰੀਦ ਸਿੰਘ ਮਨਪ੍ਰੀਤ ਦਾ, ਮਨਪ੍ਰੀਤ ਸਿੰਘ ਹੋਣਾ ਦਾ ਉਹਨਾਂ ਦਾ ਜਿਹੜਾ ਸਕੂਲ ਆ, ਅਤੇ ਤੂਤਾਂ ਵਾਲਾ ਉਹਨਾਂ ਨੂੰ ਪੈਸੇ ਦਿੱਤੇ ਸੀ ਰਾਜਵਿੰਦਰ ਮੈਡਮ ਰਾਹੀਂ 52000 ਰੁਪਈਆ, ਅਤੇ ਸਾਡਾ ਪ੍ਰੈਕਟੀਕਲ ਸੀ ਸ਼ੁੱਕਰਵਾਰ 12 ਤਰੀਕ ਨੂੰ, ਅਤੇ ਅਸੀਂ 9 ਵਜੇ ਤੋਂ ਉਹਨਾਂ ਸਾਨੂੰ ਸੱਦਿਆ ਸੀ ਕਿ 9 ਵਜੇ ਤੁਸੀਂ ਆਪਣੀਆਂ ਪ੍ਰੈਕਟੀਕਲਾਂ ਲੈ ਕੇ ਆ ਜਾਓ ਅਤੇ ਤੁਹਾਡਾ ਪੇਪਰ ਹੋ ਜੂਗਾ, 9 ਵਜੇ ਤੁਸੀਂ ਆ ਜਾਓ, ਚਾਰੇ ਪੇਪਰ ਹੋ ਜਾਣਗੇ ਤੁਹਾਡੇ, ਆ ਕੇ ਸੈਨ ਕਰ ਜਿਓ ਨਾਲੇ। ਅਤੇ ਜਦੋਂ ਅਸੀਂ ਉੱਥੇ ਆਏ ਹਾਂ ਤੂਤੀ, ਅਤੇ ਸਾਨੂੰ 3000 ਰੁਪਈਆ ਮੰਗਣ ਲੱਗ ਪਏ ਕਿ ਪ੍ਰੈਕਟੀਕਲ ਦੀ ਤੁਹਾਡਿਆਂ ਦੀ ਲੋੜ ਨਹੀਂ ਆ, ਤੁਸੀਂ 3000 ਰੁਪਈਆ ਦਿਓ ਅਤੇ ਸੈਨ ਕਰਕੇ। ਕਿੰਨੇ ਮੰਗੇ 3000 ਰੁਪਈਆ? ਕਿਹੜੇ? ਉੱਥੋਂ ਅਤੇ ਮਨਪ੍ਰੀਤ ਸਿੰਘ ਸਕੂਲ ਆ ਜਿਨ੍ਹਾਂ ਦਾ ਤੂਤਾਂ ਵਾਲਾ, ਉਹਨਾਂ ਮੰਗਿਆ 3000 ਰੁਪਈਆ ਸਾਡੇ ਤੋਂ, ਅਤੇ ਸਾਡੇ ਕੋਲ 3000 ਰੁਪਈਆ ਹੈਗਾ ਨਹੀਂ ਸੀ, ਸਾਨੂੰ 12:30 ਵਜੇ ਤੱਕ ਉਹਨਾਂ ਬਾਹਰ ਛੱਡਿਆ ਵਾ। ਅਸੀਂ ਵਾਰ ਵਾਰ ਰਿਕੁਐਸਟ ਕਰਨ ਲਈ ਜਾਂਦੇ ਹੈਗੇ ਮੇਰੀ ਨਾਲ ਦੀ ਜਿਹੜੀ ਪ੍ਰੈਗਨੈਂਟ ਹੈ, ਅਤੇ ਸਾਡੇ ਪੇਪਰ ਲਓ ਅਤੇ ਅਸੀਂ ਜਾਣਾ ਵਾ, ਉਹਨਾਂ ਕੋਲ ਬੈਠਾ ਨਹੀਂ ਆਉਂਦਿਆ, ਪਰ ਉਹਨਾਂ ਸਾਡੀ ਗੱਲ ਨਹੀਂ ਸੁਣੀ। ਫਿਰ ਅਸੀਂ ਰਾਜਵਿੰਦਰ ਮੈਡਮ ਨੂੰ ਫੋਨ ਲਾਇਆ ਜਿਹਦੇ ਰਾਹੀਂ ਪੈਸੇ ਦਿੱਤੇ ਸੀ, ਉਹਨਾਂ ਫਿਰ ਫੋਨ ਕੀਤਾ, ਉਹਨਾਂ ਕਿਹਾ ਕਿ ਤੁਸੀਂ ਜਾਓ ਤੁਹਾਡਾ ਪੇਪਰ ਲੈਣਗੇ, ਅਤੇ ਜਦੋਂ ਅਸੀਂ ਫਿਰ ਗਏ ਹਾਂ ਅਤੇ ਉਹਨਾਂ ਕਹਿੰਦੇ ਨਹੀਂ ਅਸੀਂ 3000 ਰੁਪਈਆ ਲੈਣਾ ਵਾ। ਫਿਰ ਮੈਂ
ਆਪਣਾ ਦੋਸਤ ਬਿਕਰਮਜੀਤ ਸਿੰਘ, ਉਹਨਾਂ ਦੀ ਕੋਟ ਬੁੱਢੇ ਦੁਕਾਨ ਆ ਮੋਟਰਸਾਈਕਲਾਂ ਦੀ, ਉਹਨਾਂ ਨੂੰ ਫੋਨ ਕੀਤਾ, ਉਹ 3000 ਰੁਪਇਆ ਲੈ ਕੇ ਆਏ ਆ। ਅਤੇ ਜਦੋਂ ਅਸੀਂ ਕਲਰਕ ਮੈਡਮ ਉਹਨਾਂ ਦਫ਼ਤਰ ਦੇ ਅੰਦਰ ਕੁੰਡਾ ਮਾਰਿਆ ਸੀ, ਦਫ਼ਤਰ ਦੇ ਅੰਦਰ ਨਹੀਂ ਜਾ ਸਕਦੇ ਸੀ, ਬਾਹਰ ਖਲੋ ਗਏ। ਅਸੀਂ ਬੁਲਾਇਆ ਉਹਨਾਂ ਨੂੰ ਕਿ ਮੈਡਮ ਜੀ 3000 ਰੁਪਇਆ ਆ ਗਿਆ, ਲੈ ਲਓ। ਉਹ ਕਹਿੰਦੇ ਅਸੀਂ ਤੇਰਾ 3000 ਰੁਪਇਆ ਲੈਣਾ ਨਹੀਂ ਲੈਣਾ, ਹੁਣ ਦਫ਼ਾ ਹੋ ਜਾਓ ਤੁਸੀਂ। ਅਤੇ ਅਸੀਂ ਆਖਿਆ ਮੈਡਮ ਇਹ ਕੀ ਗੱਲ ਹੋਈ, ਸਵੇਰ ਤੋਂ ਤੁਸੀਂ ਭਾਅ ਛੱਡਿਆ, ਜੇ ਤੁਸੀਂ ਪੈਸੇ ਮੰਗੇ ਹੁਣ ਅਸੀਂ ਪੈਸੇ ਲੈ ਕੇ ਆਏ ਹਾਂ, ਪੈਸੇ ਲਓ, ਲੈ ਲਓ ਹੁਣ, ਅਤੇ ਸਾਡਾ ਪੇਪਰ ਹੋਣ ਦਿਓ ਅਤੇ ਸਾਡੇ ਸੈਂਡ ਕਰਾ ਲਓ। ਅਤੇ ਉਹ ਕਹਿੰਦੀ ਦਫ਼ਾ ਹੋ। ਅਤੇ ਉਹਨੇ ਆਪਣੇ ਇੱਕ ਡਰਾਈਵਰ ਸ਼ਾਇਦ ਭੋਲਾ ਸਿੰਘ ਉਹਦਾ ਨਾਮ ਆ, ਉਹਨੂੰ ਆਵਾਜ਼ ਮਾਰੀ, ਭੋਲਾ ਸਿੰਘ ਇੱਧਰ ਆਓ, ਇਹਨਾਂ ਨੂੰ ਬਾਹਰ ਕੱਢੋ। ਅਤੇ ਆਪ ਮੈਡਮ ਆਈ ਆ ਨਾਲ ਭੋਲਾ ਸਿੰਘ ਨੇ, ਅਤੇ ਮੇਰੇ ਉਹ ਕਲਰਕ ਮੈਡਮ ਕਿਹੜੀ, ਉਹਨੇ ਮੇਰੀ ਪਤਨੀ ਨੂੰ ਧੱਕਾ ਮਾਰਿਆ, ਉਹ ਡੇਪੀ ਆ। ਮੈਂ ਤਾਂ ਗੁੰਡਾ ਅਫਸਰ ਆਏ ਵਾਲਾ, ਅਤੇ ਸਾਡੀ ਗੱਡੀ ਲੱਗੀ ਸੀ ਬਾਹਰ, ਬੱਚੇ ਮਤਲਬ ਛੱਡ ਕੇ ਆਇਆ ਸੀ ਡਰਾਈਵਰ, ਅਤੇ ਗੱਡੀ ਲੱਗੀ ਸੀ, ਅਤੇ ਨਾਲ ਦੋ ਹੈਲਪਰ ਸੀ ਇੱਥੇ ਸਾਡੇ, ਉਹਨਾਂ ਦੇ ਵਾਰ ਕੇ ਗੱਲ ਪੈ ਗਏ ਨੇ, ਅਤੇ ਹੈਲਪਰ ਜਿਹੜਾ ਹੈ ਉਹਨੂੰ ਕੁੱਟਿਆ ਉਹਨਾਂ ਨੇ। ਉਹਦੇ ਕਿਰਨਦੀਪ ਕੌਰ ਵੱਲੋਂ ਕਹਿਣਾ ਕਿ ਇਹ ਜਿਹੜਾ ਪ੍ਰੈਕਟੀਕਲ ਦਾ ਸਾਡਾ ਪੇਪਰ ਲੈਣਾ ਸੀ ਤਾਂ 52,000 ਰੁਪਇਆ ਲਿਆ, ਅਤੇ ਹੁਣ 3000 ਰੁਪਏ ਦੀ ਮੰਗ ਕਰਦੇ ਸੀ ਅਤੇ ਸਾਡਾ ਪੇਪਰ ਨਹੀਂ ਲਿਆ, ਇਸੇ ਗੱਲੋਂ ਹੀ ਮੈਨੂੰ ਉਹਨਾਂ ਧੱਕਾ ਮਾਰਿਆ। ਅਤੇ ਸਾਡੇ ਮੇਰੀ ਅਤੇ ਮੇਰੇ ਜਿਹੜਾ ਪਤੀ ਆ ਉਹਦੀ ਅਤੇ ਇੱਕ ਬਿਕਰ ਸਿੰਘ ਮੁੰਡਾ ਉਹਦੀ ਕੁੱਟ ਮਾਰ ਦਿੱਤੀ। ਨਹੀਂ, ਮੈਂ ਇਸ ਗੱਲ ਦਾ ਬਿਲਕੁਲ ਸਮਝ ਨਹੀਂ, ਨਾ ਤਾਂ ਕਿਸੇ ਨੂੰ 2000 ਲਿਆ, ਨਾ ਵੀ 3000 ਮੰਗਿਆ, ਅਤੇ ਜੇ ਉਹਨਾਂ ਕੋਲ ਕੋਈ ਮੰਗਿਆ 3000, ਮੈਂ ਉਹਨੂੰ ਕਿਹਾ ਇਹ ਗੱਲ ਕਹੀ ਆ, ਜਾਂ 52,000 ਕਿਸੇ ਨੇ ਲਿਆ, ਅਤੇ ਉਹ ਦੱਸ ਦੇਣ ਵੀ ਮੈਂ ਕਦੋਂ ਲਿਆ ਅਤੇ ਕਦੋਂ ਮੇਰੇ ਨੇ ਕਿਸ ਤਰੀਕ ਨੂੰ ਮੇਰੇ ਕਦੋਂ ਲਿਖ ਗਏ, ਜਾਂ 3000 ਨੇ ਕਦੋਂ ਮੰਗਿਆ ਉਹਨਾਂ ਕੋਲੋਂ, ਜਾਂ 3000 ਦੀ ਮੰਗ ਕਦੋਂ ਕੀਤੀ। 3000 ਦੀ ਮੰਗ ਅਸੀਂ ਕੌਣ ਨਹੀਂ ਕਰਨ ਵਾਲੇ, ਅਸੀਂ ਕਿਉਂ ਕਰਾਂਗੇ। ਅਤੇ ਜਿਹੜੀ ਗੱਲ ਤੁਸੀਂ ਕਰਦੇ ਹੋ ਕਿਰਨਜੀਤ ਕੌਰ ਦੀ ਜਾਂ ਕਿਰਨਜੀਤ ਕੌਰ ਦੀ, ਉਹਦੀ ਕੋਈ ਨਾਂ ਹੋਈ ਹੈ, ਕਾਰਨ ਕੀ ਬਣਿਆ ਲੜਾਈ ਦਾ? ਹਾਂਜੀ, ਲੜਾਈ ਦਾ ਕੀ ਕਾਰਨ ਬਣਿਆ? ਲੜਾਈ ਦਾ ਕਾਰਨ ਕੋਈ ਨਹੀਂ, ਕੋਈ ਕਿਰਨਜੀਤ ਕੌਰ ਨਹੀਂ ਸੀ ਜਦੋਂ ਇਹ ਲੜਾਈ ਹੋਈ ਹੈ, ਕੋਈ ਕਿਰਨਜੀਤ ਕੌਰ ਦੀ, ਸਿਰਫ ਗੁੱਡਾ ਅਨਸਰ ਆਏ ਨੇ ਉਹਨਾਂ ਨੇ ਡਿਫੈਂਸ ਸ਼ੁਰੂ ਕਰ ਦਿੱਤਾ, ਕੋਈ ਇਹਦੇ ਵਿੱਚ ਨਹੀਂ ਕਿਰਨਜੀਤ ਕੌਰ ਇੱਥੇ ਹੈਗੀ। ਕਾਰਨ ਬਣਿਆ ਜਿਹੜਾ ਉਹਦੀਆਂ ਸੱਟਾਂ ਲੱਗੀਆਂ ਮੁੰਡੇ ਨੂੰ? ਸਰ, ਸਾਨੂੰ ਤਾਂ ਪਤਾ ਨਹੀਂ ਕਿਵੇਂ ਲੱਗਿਆ ਸੱਟਾਂ, ਸਾਨੂੰ ਇਹ ਗੱਲ ਤਾਂ ਪਤਾ ਨਹੀਂ ਹੈਗਾ। ਝਗੜਾ ਜਿਹੜਾ ਹੋਇਆ ਉਹਦਾ ਫਿਰ ਕੀ ਕਾਰਨ? ਝਗੜਾ ਸਰ, ਜਿਹੜੇ ਗੁੱਡਾ ਅਨਸਰ ਆਏ ਨੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਗੱਡੀ ਜਿਹੜੀ ਆਈ ਹੈ ਸਾਡੀ ਲੈ ਕੇ ਆਇਆ ਡਰਾਈਵਰ ਇੱਕ, ਉਹਨੇ ਆ ਕੇ ਗੱਡੀ ਖਿਲਾਰੀ ਆ, ਅਤੇ ਜਦੋਂ ਗੱਡੀ ਖਿਲਾਰੀ ਆ ਅਤੇ ਨਾਲ ਇੱਥੇ ਸਾਡਾ ਇੱਕ ਵਰਕਰ ਸੀਗਾ ਹੈਲਪਰ ਇੱਕ ਸਕੂਲ ਦਾ, ਉਹ ਬੈਠਾ ਸੀ ਬਸ ਸਟਾਫ ਰੂਮ ਦੇ ਵਿੱਚ, ਆਪਣੇ ਵੇਟਿੰਗ ਰੂਮ ਦੇ ਵਿੱਚ ਕੁਛ ਲੜਕੀਆਂ ਬੈਠੀਆਂ ਸੀ ਜਿਨ੍ਹਾਂ ਨੇ ਟਿਊਸ਼ਨ ਪੜ੍ਹਨ ਜਾਣਾ ਸੀ ਪਿੰਡ ਸੁਭਰਾ, ਉਹਨਾਂ ਨੇ ਇੱਥੋਂ 3:30 ਲਗਭਗ ਬੱਸ ਆਉਂਦੀ ਆ, 3:25 ਦੀ ਸੁਭਰਾ ਮਿਲ ਜਾਂਦੀ ਆ, ਉਹਦੇ 'ਤੇ ਉਹਨਾਂ ਨੇ ਸੁਭਰਾ ਟਿਊਸ਼ਨ ਪੜ੍ਹਨ ਜਾਣਾ ਸੀਗਾ। ਜਦੋਂ ਆਏ ਨੇ ਕਿਰਪਾਨਾ ਕਿਰਪੂਨਾ ਲੈ ਕੇ ਭੱਜ ਕੇ ਸਾਡੇ ਅੰਦਰ ਵੜ ਗਏ ਬੱਚੇ, ਜੇ ਉਹ 3-4 ਕੁੜੀਆਂ ਸੀਗੀਆਂ, ਫਿਰ ਉਹਨਾਂ ਨੇ ਬਲਬ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਨੇ। ਇੰਨਾ ਨਹੀਂ ਪਤਾ ਹੁਣ ਬਾਹਰ ਕਿਹੜੇ ਹਥਿਆਰ ਨਾਲ ਫਾਇਰ ਕੀਤੇ ਆ, ਕਿਵੇਂ ਕੀਤੇ ਆ। ਹਾਂ, ਜਿਹੜਾ ਉਹ ਹੈਲਪਰ ਸੀ ਉਹ ਬਾਹਰ ਵੇਟਿੰਗ ਰੂਮ 'ਚ ਉਹਨਾਂ ਦੇ ਕਾਬੂ ਆ ਗਿਆ, ਉਹਨੂੰ ਉਹਨਾਂ ਨੇ ਜ਼ਰੂਰ ਕੁੱਟਿਆ, ਉਹਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ। ਸਾਨੂੰ ਆਪਦੇ ਬੰਦੇ ਨੇ ਸੱਟਾਂ ਲੱਗੀ ਨੇ, ਪਤਾ ਸਾਨੂੰ ਪਤਾ ਨਹੀਂ ਕਿਸੇ ਹੋਰ ਗੱਲ ਪਿਆ। ਕੋਈ ਲਿਖਤੀ ਇਸ ਸੰਬੰਧੀ ਦਿੱਤਾ ਤੁਸੀਂ ਥਾਣੇ? ਕੋਈ ਕਾਰਵਾਈ ਪੁਲਿਸ ਵੱਲੋਂ ਅੱਜ ਤੱਕ? ਹਾਂਜੀ, ਕਾਰਵਾਈ ਇਸ ਤਰੀਕੇ ਨਾਲ ਵੀ ਉੱਥੇ ਸ਼ਾਮੀ ਏਐਸਆਈ ਸਾਹਿਬ ਇੱਥੇ ਆਏ ਸੀ ਤਫ਼ਤੀਸ਼ ਕਰਨ, ਉਹਨਾਂ ਨੇ ਸਾਰਾ ਆਣ ਕੇ ਦੇਖਿਆ ਉੱਥੋਂ ਦਾ ਮਾਹੌਲ, ਅਤੇ ਉਹਨਾਂ ਨੇ ਕਿਹਾ ਸੀ ਕੱਲ੍ਹ ਸ਼ਾਮਾਂ ਨੂੰ 4 ਵਜੇ ਤੱਕ ਅਸੀਂ ਤੁਹਾਡਾ ਸਾਰਾ ਕੰਮ ਕਰਾਂਗੇ, ਉਹਨਾਂ ਨੂੰ ਅਰੈਸਟ ਪਾਵਾਂਗੇ ਜਾਂ ਅਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਪਰ ਉਸ ਤੋਂ ਬਾਅਦ ਹੋ ਸਕਦਾ ਕਿ ਉਹਨਾਂ ਨੂੰ ਕੋਈ ਆਪਦਾ ਕੰਮ ਪੈ ਗਿਆ, ਕਿਸ ਤਰੀਕੇ ਨਾਲ ਕੋਈ ਕਾਰਵਾਈ ਹੋਈ ਨਹੀਂ। ਇਹ ਬੰਦੇ ਸਕੂਲ ਦੇ ਟਾਈਮ 'ਚ ਆਏਗੀ ਜਾਂ ਸਕੂਲ ਦੇ ਟਾਈਮ ਤੋਂ ਬਾਅਦ? 3:28 ਦੀ ਗੱਲ ਹੈ ਸਾਰੀ। ਅੱਛਾ ਜੀ, 3:28 ਦੀ ਉਹਨਾਂ ਬੱਚੀਆਂ ਨੇ ਜਿਹੜੀਆਂ ਸਾਡੀਆਂ ਸੀ ਉਹਨਾਂ ਨੇ ਟਿਊਸ਼ਨ ਪੜ੍ਹਨ ਜਾਣਾ ਸੀ ਸੁਭਰਾਵੀ, 3:28, ਅਤੇ ਮੈਂ ਤੁਹਾਨੂੰ ਦੱਸਿਆ ਕਿ ਲਗਭਗ 3:30-3:35 ਦੇ ਸੁਭਰਾਵਾਂ ਦੀ ਬੱਸ ਆਉਂਦੀ ਜਿੱਥੇ ਉਹ ਟਿਊਸ਼ਨ ਪੜ੍ਹਨ ਜਾਂਦੀਆਂ ਨੇ, ਉਸ ਸਮੇਂ ਦੀ ਗੱਲ ਹੈ ਸਕੂਲ ਦੇ ਟਾਈਮ ਤੋਂ ਬਾਅਦ। ਹਾਂਜੀ, ਸਕੂਲ ਟਾਈਮ ਤੋਂ ਬਾਅਦ। ਠੀਕ, ਸਾਡੇ ਕੋਲ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜੀ। 12/4/19 ਨੂੰ ਝਗੜਾ ਹੋਇਆ ਦੁਪਹਿਰੇ ਜੀ, ਲੜਕੀ ਕਰਨਦੀਪ ਕੌਰ ਪੇਪਰ ਦੇਣ ਆਈ,
ਉਹਦੇ ਕੋਲ ਖਾਸ ਥੋੜ੍ਹੀ ਹੋ ਗਈ ਸਟਾਫ ਨਾਲ ਵੀ ਸਕੂਲ ਤੂੰ ਪਿੰਡ ਤੋਂ ਉੱਤੀ ਹੱਦ 'ਚ ਪੈਂਦਾ ਆ ਦੋਵਾਂ ਘੜੇ ਮੇਰੇ ਕੋਲ ਦਰਖਾਸਤ ਆ ਮੈਂ ਦਰਖਤ ਕਰ ਰਿਹਾ ਉੱਥੇ ਸਿੰਧ ਰਫਸਾਣੀ ਰੋਡ 'ਤੇ ਆਦੀ ਸਾਰੀ ਗੱਲ ਇਹਨਾਂ ਮੁੰਡਿਆਂ ਨੇ ਵੀ ਮੁੰਡਿਆਂ ਨੇ ਗਲਤੀ ਕੀਤੀ ਹੈ ਜਿਹੜੇ ਗਲਤੀ ਦੇ ਹਸਪਿੰਡ ਨਾਲ ਆਏ ਜਤਿੰਦਰ ਸਿੰਘ ਹੋਣਾ ਨਾਲ ਬਰਗਿੰਦਰਪੁਰੇ ਦੇ ਆਏ ਜਤਿੰਦਰ ਸਿੰਘ ਹੋਣਾ ਦਾ ਕਹਿਣਾ ਕਿ ਇਹਨਾਂ 52,000 ਰੁਪਈਆ ਸਕੂਲ ਨੇ ਸਾਡੇ ਤੋਂ ਲਿਆ ਪਹਿਲਾਂ ਪੇਪਰ ਕਰਵਾਉਣ ਦਾ ਅਤੇ ਮੁੜ ਕੇ 3,000 ਦੀ ਹੋਰ ਮੰਗ ਕਰਨ ਦੀ ਉਹਦੀ ਜਾਂਚ ਚੱਲ ਰਹੀ ਜੀ ਮੈਂ ਵੈਰੀਫਾਈ ਕਰਕੇ ਜੋ ਮੈਨੂੰ ਜਿਹੜੇ ਬੰਦੇ ਇੱਕ ਬੰਦਾ ਹਰਪਾਲ ਸਿੰਘ ਇੰਜਰਡ ਹੈ ਸਕੂਲ ਵਾਲਿਆਂ ਵੱਲੋਂ ਦੂਜਾ ਇੱਕ ਬੰਦਾ ਦੂਜੇ ਪਾਰਟੀ ਵੱਲੋਂ ਇੰਜਰਡ ਹੈ ਅਤੇ ਮੈਨੂੰ ਲੱਗਦਾ ਉਹ ਸ਼ੱਕੀ ਹੈ ਬੰਦਾ ਅਤੇ ਉਹ ਉਹਨੇ ਸੱਟਾਂ ਸੁੱਟਾਂ ਆਪੇ ਲਾਈਆਂ ਫਿਰ ਵੀ ਉੱਥੇ ਜਾਂਚ ਪੜਤਾਲ ਕਰਕੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਬਾਕੀ